ਸਾਡੇ ਇਸ ਸਪੈਸ਼ਲ ਸੈਗਮੈਂਟ ਵਿੱਚ ਤੁਹਾਡਾ ਸਵਾਗਤ ਹੈ। ਗੈਜਟ ਗੁਰੂ ਆਕਾਸ਼ ਸਬਲੋਕ ਮੇਰੇ ਨਾਲ ਸ਼ਾਮਿਲ ਹਨ, ਜੋ ਕਿ ਮਹੀਨੇ ਵਿੱਚ ਇੱਕ ਵਾਰ ਨਵੇਂ ਨਵੇਂ ਇਲੈਕਟ੍ਰੋਨਿਕ ਗੈਜਟਸ ਅਤੇ ਨਵੀਂ ਟੈਕਨੋਲੋਜੀ ਨਾਲ ਸਾਡੀ ਸਾਂਝ ਪਾਉਂਦੇ ਹਨ। ਹੋਰ ਕੀ ਹਾਲ ਚਾਲ ਨੇ ਜੀ? ਤੁਹਾਡੇ ਕੀ ਹਾਲ ਹੈ? ਬਹੁਤ ਵਧੀਆ ਆਕਾਸ਼। ਮੇਰੇ ਖਿਆਲ ਜਦੋਂ ਤੋਂ ਅਸੀਂ 9 ਵਜੇ ਖਬਰਾਂ ਕੀਤੀਆਂ, ਪਹਿਲੀ ਵਾਰ ਤੁਸੀਂ ਆ ਰਹੇ ਹੋ। ਹਾਂਜੀ ਕੰਗ੍ਰੈਚੁਲੇਸ਼ਨ ਕਿ ਤੁਹਾਡੇ 9 ਵਜੇ ਦਾ ਸ਼ੁਰੂ। ਥੈਂਕ ਯੂ। ਚਲੋ ਸ਼ੁਰੂ ਕਰਦੇ ਹਾਂ ਜੀ ਆਪਾਂ। ਜਿਹੜੀ ਆਈਟਮ ਸਾਹਮਣੇ ਰੱਖੀ ਹੈ ਜੀ, ਆਈਫੋਨ ਦੇ ਨਾਲ ਇੱਕ ਐਪ ਵੀ ਆਉਂਦੀ ਹੈ, ਉਹ ਫ੍ਰੀ ਹੈਗੀ ਹੈ। ਤੁਸੀਂ ਆਪਣੇ ਆਈਫੋਨ ਤੇ ਡਾਊਨਲੋਡ ਕਰ ਸਕਦੇ ਹੋ। ਤੁਸੀਂ ਆਈਫੋਨ ਇਹਦੇ ਵਿੱਚ ਪਾ ਦੋ, ਆਈਫੋਨ ਨੂੰ ਚਾਰਜ ਕਰਦਾ, ਨਾਲੇ ਤੁਸੀਂ ਇਹਦੇ ਨਾਲ ਕੰਟਰੋਲ ਕਰਦੇ ਹੋ ਤੁਸੀਂ ਸਾਰਾ ਕੁਛ। ਸੋ ਜੇ ਤੁਸੀਂ ਅਲਾਰਮ ਸੈੱਟ ਕਰਨਾ ਚਾਹੁੰਦੇ ਹੋ, ਤੁਸੀਂ ਕਹਿੰਦੇ ਜਾਂਦੇ ਹੋ ਕਿ ਕੱਲ ਮੈਂ ਸਵੇਰੇ 6:30 ਵਜੇ ਉੱਠਣਾ ਹੈ ਐਂਡ ਇਹ ਗਾਣਾ ਪਲੇ ਹੋਣਾ ਚਾਹੀਦਾ, ਉਹ ਇਹਦੇ ਵਿੱਚ ਤੁਸੀਂ ਸੈੱਟ ਕਰ ਸਕਦੇ ਹੋ। ਸੋ ਜੋ ਵੀ ਤੁਹਾਡੀ ਆਈਫੋਨ ਦਾ ਮਿਊਜ਼ਿਕ ਹੈਗਾ ਜਾਂ ਆਈਪੋਡ ਦੇ ਟੱਚ ਮਿਊਜ਼ਿਕ ਤੇ ਹੈਗਾ, ਉਹ ਇਹਦੇ ਤੇ ਪਲੇ ਹੋ ਜਾਏਗਾ। ਮਤਲਬ ਜੋ ਵੀ ਤੁਸੀਂ ਚਾਹੁੰਦੇ ਹੋ ਆਈਫੋਨ ਦਾ ਇੱਥੇ ਪਲੇ ਕਰ ਸਕਦੇ ਹੋ। ਹਾਂਜੀ, ਐਂਡ ਸੈਟਿੰਗਸ ਵਗੈਰਾ ਸਾਰਾ ਕੁਝ ਇਹਦੇ ਵਿੱਚ ਚੈੱਕ ਕਰ ਸਕਦੇ ਹੋ। ਐਂਡ ਨਾਲੇ ਤੁਸੀਂ ਇੱਕ ਹਫਤੇ ਦੇ ਬਾਅਦ, ਦੋ ਹਫਤੇ ਬਾਅਦ ਇਹ ਵੀ ਦੱਸਿਆ ਕਿ ਤੁਸੀਂ ਕਿੰਨੀ ਦੇਰ ਸੁੱਤੇ ਹੋ, ਤੁਸੀਂ ਕਿੰਨੀ ਦੇਰ, ਤੁਸੀਂ ਕਿੰਨੇ ਵਜੇ ਉੱਠੇ ਹੋ, ਕਿੰਨੇ ਵਜੇ ਸੁੱਤੇ ਹੋ, ਸਾਰਾ ਕੁਝ ਇਹਦੇ ਵਿੱਚ ਆ ਜਾਂਦਾ। ਪਤਾ ਲੱਗ ਜਾਂਦਾ ਕਿ ਤੁਸੀਂ ਨੀਂਦ ਪੂਰੀ ਕੀਤੀ ਹੈ ਕਿ ਨਹੀਂ, ਪ੍ਰੋਪਰ ਰੈਸਟ ਕੀਤਾ ਹੈ। ਹਾਂਜੀ ਠੀਕ ਹੈ ਜੀ। ਆਪ ਆਉਂਦੇ ਜੀ, ਮੈਂ ਕਿਹਾ and so ਇਹਦੇ ਵਿੱਚ ਤੁਸੀਂ ਦੇਖੋ ਬੁੱਕ ਹੈਗੀ ਹੈ। ਹੁਣ ਮੈਂ ਬੁੱਕ ਪੜ੍ਹ ਕੇ ਤੁਸੀਂ ਇਹਨੂੰ ਚੇਂਜ ਕਰ ਸਕਦੇ ਪੇਜ ਇਸ ਤਰ੍ਹਾਂ। ਕੀ ਬਾਤ ਹੈ ਜੀ, ਇਹ ਤਾਂ ਕਿਤਾਬ ਵਾਂਗੂ ਜਿਵੇਂ ਪੇਜ ਪਰਤੀ ਦੇ। ਹਾਂਜੀ ਐਗਜ਼ੈਕਟਲੀ। ਐਂਡ ਜਦੋਂ ਤੁਸੀਂ ਇਹ ਬੁੱਕ ਫਿਨਿਸ਼ ਕਰ ਲਓਗੇ, ਤੁਸੀਂ ਇੱਥੇ ਵਾਪਸ ਜਾਓ। ਐਂਡ ਮੇਰੇ ਕੋਲ ਸਿਰਫ ਇੱਕ ਹੀ ਬੁੱਕ ਹੈਗੀ, ਸਭ ਖਾਲੀ ਪਈ ਹੋਈ ਹੈ। ਓਕੇ ਜੀ, ਹੋਰ ਬੁੱਕ ਰੱਖ ਲਾਂ। ਹਾਂਜੀ, ਸੋ ਤੁਸੀਂ ਬੁੱਕ ਖੋਲਣਾ ਚਾਹੁੰਦੇ ਹੋ, ਬੁੱਕ ਖੋਲ ਜਾਂਦੀ ਹੈ, ਤੁਸੀਂ ਪੜ੍ਹ ਸਕਦੇ ਹੋ। ਠੀਕ ਹੈ ਜੀ। ਇਸ ਤੋਂ ਇਲਾਵਾ ਹੋਰ ਕੀ ਕੀ ਕਰਦੇ ਜੀ ਇਹਦੇ ਵਿੱਚ? ਬਹੁਤ ਚੀਜ਼ਾਂ ਹੈਗੀਆਂ। ਸੋ ਤੁਸੀਂ ਇਹਨੂੰ, ਤੁਸੀਂ ਦੇਖੋ ਪਿਆਨੋ ਵੀ ਖੇਡ ਸਕਦੇ ਹੋ ਤੁਸੀਂ। ਵਜਾ ਕੇ ਦੱਸੋ ਜੀ ਮੜ ਜਾ। ਬਹੁਤ ਵਧੀਆ। ਓਕੇ, ਐਂਡ ਤੁਸੀਂ ਇੰਟਰਨੈਟ ਤੇ ਵੀ ਸਰਫ ਕਰ ਸਕਦੇ ਹੋ। ਸੋ ਤੁਸੀਂ ਫੋਰ ਇੰਸਟੈਂਸ ਇੱਥੇ ਤੁਸੀਂ ਜਾਂਦੇ ਹੋ ਮੈਪ ਤੇ ਜਾਂਦੇ ਹੋ ਤੁਸੀਂ, ਐਂਡ ਤੁਸੀਂ ਕੁਝ ਦੇਖਣਾ ਚਾਹੁੰਦੇ ਹੋ, ਤੁਸੀਂ ਬਟਨ ਦਬਾ ਦਿਓ, ਉਹ ਤੁਹਾਨੂੰ ਸਟਰੀਟ ਵਿਊ ਵੀ ਦੱਸੇਗਾ ਕਿ ਕਿੱਥੇ ਕਿੱਥੇ ਕੀ ਹੈਗਾ। ਮੈਂ ਦੱਸਦਾ ਇੱਕ ਸੈਕਿੰਡ। ਬੜੀ ਕੰਮ ਦੀ ਚੀਜ਼ ਹੈ ਜੀ ਇਹ। ਓ ਯੈਸ, ਇਹਦੇ ਵਿੱਚ ਕਾਫੀ ਫੀਚਰਸ ਹੈਗੇ ਆ। ਇਹ ਚੱਲਦਾ ਫਿਰਦਾ ਕੰਪਿਊਟਰ ਆ ਜੀ। ਹੈ ਹਾਂਜੀ, ਗੇਮਸ ਵੀ ਖੇਡ ਸਕਦੇ ਹੋ ਤੁਸੀਂ, 뮤직 ਵੀ ਦੇਖ ਸੁਣ ਸਕਦੇ ਹੋ ਤੁਸੀਂ, ਫੋਟੋਜ਼ ਵੀ ਸਾਰੇ ਦੇਖ ਸਕਦੇ ਹੋ ਇੱਥੇ। ਅੱਛਾ ਜੀ, ਫੋਟੋ ਆਪਣੇ ਸਾਰੇ ਆ ਜਾਂਦੇ ਇੱਥੇ। ਮੇਰੇ ਖਿਆਲ ਕੀ ਬਾਤ ਹੈ, ਇਹ ਤਾਂ ਤੁਹਾਡੇ ਮੇਰੇ ਖਿਆਲ ਤੁਹਾਡੀ ਆਪਣੀ ਪਰਸਨਲ ਫੋਟੋ ਹੈ। ਫੋਟੋ ਫੋਟੋ ਲੱਗੇ ਹੋਏ ਹਨ ਜੀ। ਕੀ ਬਾਤ ਨੇ। ਹਾਂਜੀ, ਇਹ ਇਹ ਕਿਦਾਂ ਚੱਲਦਾ, ਕਿਦਾਂ ਜੀ ਇਹ, ਮਤਲਬ ਇੰਟਰਨੈਟ ਵਾਈਫਾਈ ਤੇ ਚੱਲਦਾ? ਹਾਂਜੀ, ਸੋ ਜਿਹੜੇ ਐਪਲੀਕੇਸ਼ਨਸ ਮੂਵੀਜ਼ ਵਗੈਰਾ ਹੈਗਾ, ਉਹ ਤੁਸੀਂ ਕੰਪਿਊਟਰ ਨਾਲ ਕਨੈਕਟ ਕਰਕੇ ਸਾਰਾ ਕੁਝ ਡਾਊਨਲੋਡ ਕਰ ਸਕਦੇ ਹੋ। ਤੁਸੀਂ ਫੋਟੋਜ਼ ਕਰ ਸਕਦੇ ਹੋ, ਵੀਡੀਓਜ਼ ਕਰ ਸਕਦੇ ਹੋ, ਮਿਊਜ਼ਿਕ ਕਰ ਸਕਦੇ ਹੋ। ਜਿਵੇਂ ਸੇਮ ਜਿਹੜੇ ਆਈਪੋਡ ਹੁੰਦੀ ਹੈ ਜਾਂ ਆਈਫੋਨ ਹੁੰਦੀ ਹੈ, ਜਿਹੜੀ ਕਨੈਕਸ਼ਨ ਹੁੰਦੀ ਇੰਟਰਨੈਟ ਤੇ, ਤੁਸੀਂ ਇੰਟਰਨੈਟ ਨੂੰ ਸਰਫ ਕਰਨਾ ਹੈ, ਤੁਸੀਂ ਉਹ ਯੂਟਿਊਬ ਵੀਡੀਓਜ਼ ਵਗੈਰਾ ਦੇਖਣੇ ਹੈ, ਉਹ ਤੁਹਾਨੂੰ ਵਾਈਫਾਈ ਦੀ ਕਨੈਕਸ਼ਨ ਚਾਹੀਦੀ ਹੈ। ਠੀਕ ਹੈ ਜੀ। ਸੋ ਹੁਣ ਸਿਰਫ ਵਾਈਫਾਈ ਦੇ ਆਉਂਦੇ ਹੈ, ਲੇਟਰ ਔਨ ਜਿਹੜੇ 1 ਮਹੀਨੇ ਦੇ ਬਾਅਦ ਵਾਈਫਾਈ ਐਂਡ 3G ਜਿਹੜੇ ਸੈਲੂਲਰ ਨੈਟਵਰਕ ਹੈਗਾ ਉਹਦੇ ਨਾਲ ਵੀ ਕਨੈਕਸ਼ਨ ਹੋਏਗੀ। ਪਰ ਇਹ ਜਿਹੜੀ ਯੂਨਿਟ ਵਾਈਫਾਈ ਹੈਗਾ, ਤੇ ਬਾਈ ਚਾਂਸ ਵਾਈਫਾਈ ਨਾ ਹੋਏ ਜੀ ਕਿਤੇ, ਉਹ ਮੋਸਟਲੀ ਘਰ ਵਿੱਚ ਹੁੰਦਾ, ਆਫਿਸ ਵਿੱਚ ਹੁੰਦਾ, ਕਾਫੀ ਸ਼ਾਪਸ ਹੁੰਦਾ। ਪਰ ਜੇ ਤੁਹਾਡੇ ਕੋਲ ਨਹੀਂ ਹੈਗਾ, ਇੱਕ ਨਵੀਂ ਆਪਸ਼ਨ ਆਈ ਹੈ, ਇਹ ਰੋਜਰਸ ਦਾ ਮਾਈਫਾਈ ਹੈਗਾ। ਠੀਕ ਹੈ ਜੀ, ਸਾਡੀ ਕੰਪਨੀ ਦਾ ਜੀ। ਹਾਂਜੀ, ਸੋ ਇਹ ਕੰਪਲੀਟਲੀ ਪੋਰਟੇਬਲ ਹੈਗਾ, ਕੋਈ ਵਾਇਰਸ ਵੀ ਨਹੀਂ ਹੈਗੇ, ਰੀਚਾਰਜੇਬਲ ਹੈਗਾ, ਐਂਡ ਇਹਦੇ ਵਿੱਚ ਚਿਪ ਹੈਗੀ ਹੈ ਇੰਟਰਨੈਟ ਦੀ। ਅੱਛਾ, ਸੋ ਤੁਸੀਂ ਜੋ ਜਿੱਥੇ ਵੀ ਹੈਗੇ ਤੁਸੀਂ ਹੈਗੇ, ਤੁਸੀਂ ਇਹਦੇ ਨਾਲ ਇੰਟਰਨੈਟ ਕਨੈਕਸ਼ਨ ਬਣਾ। ਸੋ ਇਹ ਤੁਹਾਡੀ ਵਾਈਫਾਈ ਕਨੈਕਸ਼ਨ ਬਣਾਉਂਦੀ ਹੈ। ਅੱਛਾ ਜੀ, ਸੋ ਜਿੱਥੇ ਵੀ ਤੁਸੀਂ ਹੈਗੇ, ਐਂਡ ਜਿੰਨੇ ਤੁਸੀਂ ਤਕਰੀਬਨ 5 ਕੰਪਿਊਟਰ ਇਹਦੇ ਨਾਲ ਅਟੈਚ ਕਰ ਸਕਦੇ ਹੋ, ਮਤਲਬ ਇੰਟਰਨੈਟ ਤੇ ਫਿਰ ਪੋਰਟੇਬਲ ਹੋ ਗਏ ਜਿੱਦਾਂ। ਐਗਜ਼ੈਕਟਲੀ ਪੋਰਟੇਬਲ ਹੈਗਾ, ਤੁਸੀਂ ਇਹਨੂੰ ਪਾਕਟ ਵਿੱਚ ਰੱਖੋ, ਤੁਸੀਂ ਜਿੱਥੇ ਵੀ ਜਾਓ ਤੁਸੀਂ ਤੁਹਾਡੇ ਕੋਲ ਕਨੈਕਸ਼ਨ ਹੋਏਗੀ। ਇਹ ਆਈਪੈਡ ਜਿਹੜਾ ਤੁਸੀਂ ਦੱਸਿਆ ਜੀ, ਅਜੇ ਤੱਕ ਜਿਹੜਾ ਕੈਨੇਡਾ ਚ ਨਹੀਂ ਆਇਆ, ਕਿੰਨੀ ਕੁ ਕੀਮਤ ਆ ਜੀ? US ਦੇ ਵਿੱਚ ਕੀ ਹੈਗਾ, ਜਿਹੜਾ ਬੇਸ ਮਾਡਲ ਹੈਗਾ 16 GB ਹੈਗਾ, ਉਹ 500 ਹੈਗਾ, 32 ਜਿਹੜੇ ਹੈਗਾ ਉਹ 600 ਦਾ ਹੈਗਾ, ਐਂਡ $700 ਹੈਗਾ ਜਿਹੜਾ 64 GB ਹੈਗਾ। ਠੀਕ ਹੈ, ਤੇ ਇਹ ਡੱਬੀ ਕਿੰਨੇ ਦੀ ਹੈ ਜੀ? ਇਹ ਡੱਬੀ ਜੀ, ਸੋਹਣੀ ਜੀ ਡੱਬੀ ਹੈਗੀ ਆ। ਜੇ ਤੁਸੀਂ ਬਾਈ ਕਰਦੇ ਪਲਾਨ ਦੇ ਬਗੈਰ, ਉਹ $250 ਹੈਗਾ, ਪਲਾਨ ਦੇ ਨਾਲ $50 ਹੈਗਾ, $50 ਹੈਗਾ, ਐਂਡ ਫਿਰ ਹਰ ਮਹੀਨੇ ਉਹ ਪਲਾਨ ਆਉਂਦੀ ਹੈ, $30 ਜਾਂ $35 ਦੇ ਪਲਾਨ ਆਉਂਦੀ ਹੈ ਡਾਟਾ ਦੇ। ਬਹੁਤ ਅੱਛੀ। ਹਾਂਜੀ,
ਵਾਕੀ ਟਾਕੀ ਹੈ ਜੀ ਰੱਖਿਆ ਤੁਸੀਂ ਵਾਕੀ ਟਾਕੀ ਹੈਗਾ ਐ ਟ੍ਰਾਈ ਸਕੁਅਰ ਦੀ ਐਕਸ ਈ ਐਕਸ ਆਰ ਐਸ ਸਿਸਟਮ ਹੈਗਾ ਹੁਣ ਤੁਸੀਂ ਦੇਖੋ ਜਿਹੜੇ ਮੋਰਸੀ ਰੇਡੀਓ ਜਿਹੜੇ ਹੁੰਦੇ ਹੈ ਉਹ ਜੇ ਤੁਸੀਂ ਲੈਂਦੇ ਹੋ ਤੁਸੀਂ ਕੈਂਪਿੰਗ ਜਾਂਦੇ ਹੋ ਜਾਂ ਤੁਸੀਂ ਸੇਫ ਪੀਐਨਈ ਵੀ ਜਾਂਦੇ ਹੋ ਤੁਸੀਂ ਆਪਣੇ ਗੱਲ ਕਰਨਾ ਚਾਹੁੰਦੇ ਹੋ ਕੀ ਹੁੰਦਾ ਕਿ ਜਿਹੜੇ ਦੂਸਰੇ ਸਟਾਲ ਜਿਹੜੇ ਹੈਗੇ ਉਹ ਕਾਫੀ ਲੋਕਾਂ ਕੋਲ ਹੈਗਾ ਐਂਡ ਕਾਫੀ ਕੋਡਸ ਜਿਹੜੇ ਹੈਗੇ ਉਹ ਲਿਮਿਟਿਡ ਹੈਗੇ ਕਈ ਵਾਰ ਦੂਸਰੇ ਦੀ ਗੱਲ ਸੁਣਨ ਲੱਗ ਪਏ ਹਾਂਜੀ ਹਾਂਜੀ ਇਹਦੇ ਵਿੱਚ ਕੀ ਹੈਗਾ ਬੇਸਿਕਲੀ 10 ਮਿਲੀਅਨ ਕੋਡਸ ਹੈਗੇ ਤੁਸੀਂ ਕੁਛ ਵੀ ਲਾ ਸਕਦੇ ਹੋ ਐਂਡ ਤੁਸੀਂ ਗੱਲ ਕਰ ਸਕਦੇ ਹੋ ਰੇਂਜ ਕੀ ਹੁੰਦੀ ਹੈ ਕਿ ਉਹ ਕਹਿੰਦੇ 2 ਕਿਲੋਮੀਟਰ ਪਰ ਐਕਚੁਅਲੀ ਇਹਦੀ ਰੇਂਜ ਤਕਰੀਬਨ 10 ਕਿਲੋਮੀਟਰ ਹੈਗੀ ਹੈ ਪਰ ਡਿਪੈਂਡ ਕਰਦੇ ਕਿ ਤੁਹਾਡੇ ਆਪਸ ਵਿੱਚ ਕੀ ਹੈਗੇ ਜੇ ਬਿਲਡਿੰਗਸ ਹੈਗੇ ਕਿ ਟ੍ਰੀਜ਼ ਵਗੈਰਾ ਹੈਗੇ ਉਹਦੇ ਵਿੱਚ ਇਫੈਕਟ ਹੁੰਦਾ ਹੁਣ ਇਹਦੇ ਵਿੱਚ ਤੁਸੀਂ ਮੈਸੇਜਸ ਵੀ ਭੇਜ ਸਕਦੇ ਹੋ ਅੱਛਾ ਤੁਸੀਂ ਕਿਸੇ ਨੂੰ ਮੈਸੇਜ ਭੇਜਣਾ ਚਾਹੁੰਦੇ ਇਹਦੇ ਵਿੱਚ ਵੀ ਕਰ ਸਕਦੇ ਹੋ ਰਿਕਾਰਡ ਕਰਾ ਸਕਦੇ ਹੋ ਨਹੀਂ ਤੁਸੀਂ ਟਾਈਪਿੰਗ ਕਰ ਸਕਦੇ ਮੈਸੇਜ ਅੱਛਾ ਟਾਈਪ ਵੀ ਕਰ ਹਾਂ ਜਿਵੇਂ ਟੈਕਸਟ ਮੈਸੇਜ ਹੁੰਦੀ ਹੈ ਐਂਡ ਨਾਲ ਹੈਡਸੈਟ ਵੀ ਆਉਂਦਾ ਸੋ ਤੁਸੀਂ ਆਪਣੇ ਕੰਨ ਵਿੱਚ ਪਾ ਕੇ ਉਹਨੂੰ ਪਾਕਟ ਵਿੱਚ ਰੱਖ ਲਓ ਐਂਡ ਤੁਸੀਂ ਉਹਨੂੰ ਬਟਨ ਤੇ ਇੱਥੇ ਵੀ ਦਬਾ ਸਕਦੇ ਹੋ ਠੀਕ ਹੈ ਜੀ ਹਾਂਜੀ ਮੇਰੇ ਖਿਆਲ ਵੁੱਡਸ ਦੇ ਅੰਦਰ ਜਾਣ ਵਾਲੇ ਡੀਪ ਇਨ ਟੂ ਦ ਵੁੱਡ ਜਾਂ ਹਾਈਕਿੰਗ ਟ੍ਰੇਲ ਹਾਂਜੀ ਹਾਈਕਿੰਗ ਵਾਸਤੇ ਚੰਗਾ ਹੈਗਾ ਤੁਸੀਂ ਮੈਂ ਕਿਹਾ ਜੇ ਤੁਸੀਂ ਪੀਐਨਈ ਵੀ ਜਾਂਦੇ ਹੋ ਤੁਸੀਂ ਉਹਦੇ ਨੂੰ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਮੇਰੇ ਖਿਆਲ ਇੱਥੇ ਆ ਜੀ ਜਿਵੇਂ ਆ ਛੋਟੀ ਜਿਹੀ ਕੀ ਹੈ ਯੂਐਸਬੀ ਲੱਗਦੀ ਹੈ ਜੀ ਯੂਐਸਬੀ ਹੈਗੀ ਹੈ ਵਾਰਪੀ ਹੈ ਪੀਐਸ ਯੂਐਸਬੀ ਟੂ ਟੀਵੀ ਕਿੱਟ ਹੈਗਾ ਸੋ ਕੀ ਹੈਗਾ ਜਿਹੜਾ ਇਹ ਵਾਲਾ ਕਨੈਕਸ਼ਨ ਹੈਗਾ ਮੈਂ ਦਿਖਾਉਣਾ ਇਹਨੂੰ ਕੰਪਿਊਟਰ ਨਾਲ ਤੁਸੀਂ ਅਟੈਚ ਕਰ ਲਓ ਸੋਫਟਵੇਅਰ ਆਪਣੇ ਕੰਪਿਊਟਰ ਵਿੱਚ ਪਾ ਲਓ ਜੋ ਵੀ ਤੁਸੀਂ ਕੰਪਿਊਟਰ ਵਿੱਚ ਦੇਖਦੇ ਹੋ ਇਸ ਸਾਈਡ ਤੁਸੀਂ ਟੀਵੀ ਨਾਲ ਕਨੈਕਟ ਕਰ ਤੇ ਰੈਗੂਲਰ ਕਨੈਕਸ਼ਨ ਹੈਗੀ ਹੈ ਜਾਂ ਇੱਥੇ ਦੂਸਰੀ ਸਾਈਡ ਤੇ HDMI ਕਨੈਕਸ਼ਨ ਹੈਗੀ ਹੈ ਸੋ ਜੋ ਵੀ ਤੁਸੀਂ ਕੰਪਿਊਟਰ ਵਿੱਚ ਪਾਓਗੇ ਉਹ ਟੀਵੀ ਤੁਹਾਡੀ ਟੀਵੀ ਤੇ ਆ ਸਕਦੇ ਆ ਅੱਛਾ ਜੀ ਪਹਿਲਾਂ ਤਾਰਾਂ ਤੂਰਾਂ ਨਾਲ ਜੋੜਿਆ ਜਾਂਦਾ ਸੀ ਹਾਂਜੀ ਹਾਂਜੀ ਹੁਣ ਨਹੀਂ ਕਰਨਾ ਪੈਣਾ ਹੁਣ ਮਤਲਬ ਵੀ ਵਾਇਰਲੈਸ ਹੋ ਗਿਆ ਜੀ ਐਗਜ਼ੈਕਟਲੀ ਸੋ ਕੰਪਿਊਟਰ ਤੁਸੀਂ ਇੱਕ ਕਮਰੇ ਵਿੱਚ ਰੱਖ ਸਕਦੇ ਹੋ ਟੀਵੀ ਦੂਸਰੀ ਕਮਰੇ ਵਿੱਚ ਦੇਖ ਸਕਦੇ ਹੋ ਠੀਕ ਹੈ ਜੀ ਸਮਾਂ ਸਾਡੇ ਕੋਲ ਥੋੜਾ ਜੀ ਜਲਦੀ ਜਲਦੀ ਇਹ ਦੱਸ ਦਿਓ ਵੀ ਇਹ ਕੀ ਚੀਜ਼ ਹੈ ਜੀ ਇਹ ਬੈਲਕਨ ਦੇ ਬਲੈਕ ਬਾਕਸ M14 ਹੈਡਫੋਨਸ ਹੈਗੇ ਸੋ ਕਾਫੀ ਸੋਹਣੇ ਹੈਡਫੋਨਸ ਹੈਗੇ ਨੋਇਸ ਕਾਫੀ ਸੋਹਣੀ ਆਉਂਦੀ ਹੈ ਇਹਦੇ ਵਿੱਚ ਏਅਰਪਲੇਨ ਵਾਸਤੇ ਵੀ ਕਨੈਕਸ਼ਨ ਹੈਗੀ ਹੈ ਹੁਣ ਏਅਰਪਲੇਨ ਤੁਸੀਂ ਦੇਖੋ ਜਦੋਂ ਤੁਸੀਂ ਏਅਰਪਲੇਨ ਤੇ ਸੁਣਦੇ ਹੋ ਮੂਵੀ ਦੇਖਦੇ ਹੋ ਜਾਂ ਮਿਊਜ਼ਿਕ ਸੁਣਦੇ ਹੋ ਉਹ 'ਚ ਕਾਫੀ ਏਅਰਪਲੇਨ ਦੀ ਇੰਜਨ ਆਵਾਜ਼ ਆਉਂਦੀ ਹੈ ਇਹਦੇ ਇੱਕ ਸਵਿਚ ਹੈਗਾ ਇਹਨੂੰ ਨੋਇਸ ਕੈਂਸਲਿੰਗ ਕਹਿੰਦੇ ਇੱਥੇ ਸਵਿਚ ਤੁਸੀਂ ਔਨ ਕਰ ਲਓ ਐਂਡ ਇਹਦੇ ਵਿੱਚ ਕੀ ਹੈਗਾ ਸਿਰਫ ਇਹਦੇ ਵਿੱਚ ਇੱਕ ਨਿੱਕੀ ਜਿਹੀ ਉਹ AAA ਬੈਟਰੀ ਹੈਗੀ ਹੈ ਤਕਰੀਬਨ 12 ਘੰਟੇ ਉਹ ਬੈਟਰੀ ਲਾਸਟ ਕਰਦੀ ਹੈ ਐਂਡ ਉਹ ਜਿਹੜੀ ਉਹ ਬਾਕੀ ਜਿਹੜੇ ਬਾਹਰ ਨੋਇਸ ਹੈਗੇ ਉਹਨੂੰ ਕੈਂਸਲ ਕਰਦੀ ਹੈ ਠੀਕ ਹੈ ਇਹਦੇ ਐਕਸਟਰਨਲ ਮਾਈਕ੍ਰੋਫੋਨ ਹੈਗਾ ਉਹ ਨੋਇਸ ਨੂੰ ਖਿੱਚ ਕੇ ਉਹ ਨੋਇਸ ਨੂੰ ਬੰਦ ਕਰ ਜਿਹੜੇ ਤੁਸੀਂ ਸੁਣ ਰਹੇ ਹੋ ਮਿਊਜ਼ਿਕ ਜਾਂ ਵੀਡੀਓ ਦੇਖ ਰਹੇ ਹੋ ਉਹੀ ਆਵਾਜ਼ ਆਉਂਦੀ ਕੋਈ ਡਿਸਟਰਬੈਂਸ ਨਹੀਂ ਆਏਗੀ ਠੀਕ ਹੈ ਜੀ ਸ਼ੁਕਰੀਆ ਜੀ ਤੁਹਾਡਾ ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਇਸ ਸੈਗਮੈਂਟ ਨਾਲ ਤੁਹਾਡੀ ਜਾਣਕਾਰੀ ਵਿੱਚ ਵਾਧਾ ਹੋਇਆ ਹੋਵੇਗਾ ਪਰ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਤੁਸੀਂ ਉਸ ਦੀ ਆਪਣੇ ਤੌਰ ਤੇ ਪਰਖ ਜ਼ਰੂਰ ਕਰ ਲਿਆ ਕਰੋ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ